ਜੈਨੂ ਜੀ ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ ਤੇ ਪ੍ਰੋਗਰਾਮ ਦੇਸੀ ਗੱਲਾਂ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਅਰ ਸਿੱਧੂ ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਨਹੀਂ ਭੈਣ ਕੀਮਤ ਢੱਲੋ ਸਤਿ ਸ੍ਰੀ ਅਕਾਲ ਜੀ ਪਰ ਅੱਜ ਦੇ ਪ੍ਰੋਗਰਾਮ ਬਾਰੇ ਜਰੂਰ ਸਾਂਝੇ ਵੇਖੋ ਹਰ ਇੱਕ ਟੀਚਰ ਨੂੰ ਆਏ ਹੁੰਦਾ ਵੀ ਜਿਹੜੇ ਸਾਡੇ ਬੱਚੇ ਪੜਾਏ ਹੋਣੇ ਆ ਵੀ ਬਹੁਤ ਅੱਗੇ ਜਾਣ ਹਨਾ ਵੀ ਸਾਡਾ ਨਾਮ ਰੋਸ਼ਨ ਕਰਨ ਸਾਨੂੰ ਬਹੁਤ ਜ਼ਿਆਦਾ ਉਹਦਾ ਮਾਣ ਹੁੰਦਾ ਵੀ ਇਹ ਬੱਚਾ ਸਾਡਾ ਪੜਾਇਆ ਹੋਇਆ ਵੀ ਇੱਥੋਂ ਤੱਕ ਪਹੁੰਚ ਗਿਆ ਹਨਾ ਤੇ ਉਦੋਂ ਆਪਾਂ ਪੁੱਛਦੇ ਵੀ ਆ ਵੀ ਇਹ ਬੱਚਾ ਪੜਿਆ ਤੇ ਕਿਹੜੇ ਸਕੂਲ 'ਚ ਪੜਿਆ ਜਾਂ ਇਹਨੂੰ ਕਿਹੜਾ ਮੈਨੂੰ ਲੱਗਦਾ ਨਾ ਜਿਹੜੇ ਮਾਪੇ ਆ ਹਨਾ ਤੇ ਇੱਕ ਅਧਿਆਪਕ ਆ ਉਹ ਵੀ ਗਾਂ ਆਪਣੇ ਮਾਪੇ ਹੁੰਦੇ ਆ ਹਨਾ ਮਾਪਾ ਆਪਾਂ ਨੂੰ ਜੀਵਨ ਦਿੰਦੀ ਆ ਤੇ ਜਿਹੜਾ ਆਪਣਾ ਪਿਤਾ ਹੁੰਦਾ ਉਹ ਆਪਾਂ ਨੂੰ ਇੱਕ ਸੁਰੱਖਿਆ ਆਪਾਂ ਕਹਿ ਸਕਦੇ ਆ ਦਿੰਦਾ ਤੇ ਜਿਹੜੇ ਅਧਿਆਪਕ ਹੁੰਦੇ ਉਹ ਆਪਾਂ ਨੂੰ ਜੀਣ ਦਾ ਤਰੀਕਾ ਸਿਖਾਉਂਦੇ ਆ ਹਨਾ ਵੀ ਕਿਦਾਂ ਆਪਾਂ ਸਮਾਜ ਦੇ ਵਿੱਚ ਵਿਚਰਨਾ ਕਿਹੜੀਆਂ-ਕਿਹੜੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਕਿਹੜੀਆਂ ਚੀਜ਼ਾਂ ਆਪਣੇ ਵੀ ਚੰਗੀਆਂ ਕਿਹੜੀਆਂ ਬੁਰੀਆਂ ਹਨਾ ਉਹ ਸਾਰੀਆਂ ਚੀਜ਼ਾਂ ਬੰਨਾਂ ਦਾ ਵੀ ਆਪਾਂ ਅਧਿਆਪਕਾਂ ਤੋਂ ਸਿੱਖਦੇ ਆ ਇੱਕ ਜਿਹੜਾ ਪੂਰਾ ਦਿਨ ਹੁੰਦਾ ਉਹ ਆਪਾਂ ਅਧਿਆਪਕ ਕੋਲ ਕੱਢਦੇ ਆ ਤੇ ਜਿਹੜੀ ਪੂਰੀ ਰਾਤ ਹੁੰਦੀ ਆ ਉਹ ਆਪਾਂ ਆਪਣੇ ਮਾਪੇ ਕੋਲੇ ਕੱਢਦੇ ਆ ਹਨ ਜਿਵੇਂ ਇੱਕ ਅਧਿਆਪਕ ਤੇ ਇੱਕ ਸੜਕ ਆ ਹਨ ਜਿਹੜੇ ਕੀ ਆ ਆਪ ਇੱਕ ਜਗ੍ਹਾ ਤੇ ਖੜੇ ਰਹਿਣਗੇ ਤੇ ਆਪਦੇ ਜਿਹੜੇ ਰਾਹੀ ਹੁੰਦਾ ਉਹਨੂੰ ਕੀ ਉਹਦੀ ਮੰਜ਼ਿਲ ਤੱਕ ਪਹੁੰਚਾ ਦਿੰਦੇ ਹੈਗੇ ਸੇਧ ਦੇ ਦਿੰਦਾ ਵੀ ਤੂੰ ਆਹ ਰਸਤੇ ਤੇ ਚੱਲਣਾ ਤੇ ਆਪ ਦੀ ਮੰਜ਼ਿਲ ਤੇ ਪਹੁੰਚ ਜੇਗਾ ਹਾਂ ਜਿਵੇਂ ਹੁਣ ਚੰਗੇ ਅਧਿਆਪਕ ਆ ਹੁਣ ਜਿੰਨਾ ਤੋਂ ਆਪਾਂ ਪੜ ਕੇ ਆਏ ਆ ਹਨ ਅਸੀਂ ਪੜੇ ਉਹਨਾਂ ਤੋਂ ਨਾ ਅਸੀਂ ਹਜੇ ਵੀ ਸਲਾਹ مشਵਰਾ ਲੈ ਲੈਂਦੇ ਆ ਹਨ ਕੋਈ ਵੀ ਕੰਮ ਕਰਨਾ ਤਾਂ ਉਹਦੇ ਵਿੱਚ ਅਸੀਂ ਪੁੱਛ ਲੈਣੇ ਹਨਾ ਵੀ ਮੈਡਮ ਅਸੀਂ ਆਹ ਕੰਮ ਕਰਨਾ ਹੈ ਇਹ ਸਾਨੂੰ ਚੰਗਾ ਰਹੂਗਾ ਜਾਂ ਨਹੀਂ ਰਹੂਗਾ ਹਨਾ ਜਾਂ ਇਹਦਾ ਸਾਨੂੰ ਕੀ ਬੈਨੀਫਿਟ ਹੋ ਸਕਦਾ ਹੈ ਜਾਂ ਅਸੀਂ ਵੀ ਕਿਤੇ ਗਲਤ ਤਾਂ ਨਹੀਂ ਜਾ ਰਹੇ ਹਨਾ ਬੇਖੌਰ ਜਦੋਂ ਆਪਾਂ ਟੀਚਰ ਤੋਂ ਰਹਿ ਲੈਨੇ ਤੇ ਉਹਨਾਂ ਨੂੰ ਵੀ ਬਹੁਤ ਮਾਣ ਹੋ ਜਾਂਦਾ ਹਨਾ ਜੀ ਸਾਡੇ ਪੜਾਏ ਹੋਏ ਬੱਚੇ ਵੀ ਸਾਥੋਂ ਹਜੇ ਵੀ ਸਲਾਹ ਲੈਂਦੇ ਆ ਵੀ ਸਾਨੂੰ ਹਜੇ ਭੁੱਲੇ ਨਹੀਂ ਉਹ ਜੀ ਜਿਵੇਂ ਹੁਣ ਪਹਿਲਾਂ ਟੀਚਰ ਕਹਿੰਦੇ ਹੁੰਦੇ ਸੀਗੇ ਨਾ ਵੀ ਤੁਸੀਂ ਤਾਂ ਸਾਨੂੰ ਭੁੱਲ ਜੂਗੇ ਹਨਾ ਤੁਸੀਂ ਸਾਨੂੰ ਕਿੱਥੇ ਯਾਦ ਕਰਨਾ ਤੇ ਉਹੀ ਟੀਚਰ ਆ ਹਨਾ ਜਿਨ੍ਹਾਂ ਨੂੰ ਆਪਾਂ ਹਜੇ ਵੀ ਯਾਦ ਕਰਦੇ ਆ ਜਿਵੇਂ ਅੱਜ ਪਗਦੇਵਸ ਦੇ ਮੌਕੇ ਹੋ ਗਿਆ ਜਾਂ ਕੋਈ ਬਰਥਡੇ ਹੋ ਗਿਆ ਹਨਾ ਆਪਾਂ ਹਜੇ ਵੀ ਉਹਨਾਂ ਨੂੰ ਜਦੋਂ ਵਿਸ਼ ਕਰਦੇ ਆ ਤਾਂ ਉਹ ਅਧਿਆਪਕਾਂ ਨੂੰ ਵੀ ਕਿੰਨੀ ਖੁਸ਼ੀ ਹੁੰਦੀ ਹੈ ਨਾ ਵੀ ਸਾਡੇ ਬੱਚਿਆਂ ਨੇ ਸਾਨੂੰ ਵਿਸ਼ ਕੀਤਾ ਹਜੇ ਵੀ ਉਹ ਸਾਨੂੰ ਜਿਹੜਾ ਯਾਦ ਰੱਖੀ ਬੈਠੇ ਆ ਹਨਾ ਕਈ ਫੰਕਸ਼ਨਾਂ ਤੇ ਵੀ ਆਪਾਂ ਸਾਧਦੇ ਆ ਹਨਾ ਵੀ ਇਹ ਮੇਰੇ ਟੀਚਰ ਆ ਵੀ ਫਿਰ ਆਪਾਂ ਮਲਾਉਨੇ ਵੀ ਆ ਸਾਰਿਆਂ ਨੂੰ ਹਨਾ ਤਾਂ ਵੀ ਉਹ ਇੱਕ ਕਿੰਨਾ ਖੁਸ਼ੀ ਦਾ ਮੌਕਾ ਹੁੰਦਾ ਹੈਗਾ ਹਨਾ ਦੇਖੋ ਇੱਕ ਤਾਂ ਟੀਚਰ ਹੁੰਦਾ ਜਿਵੇਂ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਹਨਾ ਤਾਂ ਉਦੋਂ ਹੀ ਜਿਹੜਾ ਇੱਕ ਟੀਚਰ ਆ ਉਹਦੇ ਚੰਗੇ ਪੱਖ ਵੀ ਹੁੰਦੇ ਆ ਉਹਦੇ ਮਾੜੇ ਪੱਖ ਵੀ ਹੁੰਦੇ ਆ ਹੁਣ ਬਹੁਤ ਸਾਰੇ ਟੀਚਰ ਆ ਜਿਹੜੇ ਬਹੁਤ ਚੰਗਾ ਵੀ ਪੜਾਉਂਦੇ ਆ ਹਨਾ ਤੇ ਬਹੁਤ ਸਾਰੇ ਟੀਚਰ ਆ ਜਿਹੜੇ ਆਪਾਂ ਕਹਿ ਸਕਦੇ ਆ ਵੀ ਇੱਕ ਲਿਮਿਟ ਦੇ ਵਿੱਚ ਜਿਨ੍ਹਾਂ ਨੂੰ ਇਹ ਸਿਰਫ ਹੁੰਦਾ ਕਿ ਜਿੰਨੀ ਸਾਨੂੰ ਪੇ ਹੈਗੀ ਓਨਾ ਹੀ ਅਸੀਂ ਪੜਾਵਾਂਗੇ ਹਨਾ ਕਈ ਟੀਚਰ ਤਾਂ ਵੇਖੋ ਅਰਚੇ ਫਿਰ ਤੁਸੀਂ ਕਹੇ ਟੈਪ ਆਸ ਹੀ ਕਰਦੇ ਹੁੰਦੇ ਹਨਾ ਤੇ ਕਈ ਫਿਰ ਮਨ ਤੋਂ ਪੜਾਉਂਦੇ ਉਹਨਾਂ ਨੂੰ ਆਏ ਹੁੰਦਾ ਵੀ ਸਾਡੇ ਬੱਚੇ ਆ ਵੀ ਅਸੀਂ ਇਹਨਾਂ ਨੂੰ ਅੱਗੇ ਲੈ ਕੇ ਜਾਣਾ ਚੰਗਾ ਨੂੰ ਆਏ ਹੁੰਦਾ ਵੀ ਚਲੋ ਸਾਨੂੰ ਇੰਨੀ ਕੀ ਪੇ ਦਿੰਦੇ ਆ ਤੇ ਫਿਰ ਅਸੀਂ ਇੰਨਾ ਕੰਮ ਕਰਵਾਉਣਾ ਜਦੋਂ ਬੱਚਿਆਂ ਦਾ ਰਿਜ਼ਲਟ ਫਿਰ ਵਧੀਆ ਆ ਜਾਂਦਾ ਉਹ ਸਲੀਵਸ ਦਾ ਤਾਂ ਫਿਰ ਮੈਡਮ ਸਰ ਨੂੰ ਵੀ ਬਹੁਤ ਜ਼ ਇਸੇ ਤੇ ਇਹਨਾਂ ਦਾ ਰਿਜ਼ਲਟ ਇੱਥੋਂ ਤੱਕ ਪਹੁੰਚ ਗਿਆ ਹੂੰ ਦੇਖੋ ਅਧਿਆਪਕ ਨੂੰ ਵੀ ਕਿਤੇ ਨਾ ਕਿਤੇ ਹੁੰਦਾ ਨਾ ਵੀ ਜੇ ਸਾਡਾ ਬੱਚਾ ਤਰੱਕੀਆਂ ਦੇ ਰਾਹ ਤੇ ਜਾਊਗਾ ਤੇ ਕਿਤੇ ਨਾ ਕਿਤੇ ਤਾਂ ਅਧਿਆਪਕ ਦਾ ਨਾਮ ਵੀ ਵਿੱਚ ਆਉਂਦਾ ਹਨਾ ਵੀ ਤੇਰਾ ਗੁਰੂ ਕੌਣ ਸੀ ਤੈਨੂੰ ਕਿਹਨੇ ਪੜਾਇਆ ਹੈਗਾ ਹਨਾ ਜਿਵੇਂ ਹੁਣ ਇੱਕ ਬੱਚਾ ਕਿਸੇ ਨੇ ਵੀ ਤਰੱਕੀ ਕੀਤੀ ਹੁਣ ਉਹ ਉਹਦਾ ਨਾਮ ਵੀ ਰੋਸ਼ਨੋ ਉਹਦੇ ਪਿੰਡ ਦਾ ਨਾਮ ਵੀ ਰੋਸ਼ਨੋ ਦੇ ਮਾਪੇ ਦਾ ਨਾਮ ਵੀ ਆਊਗਾ ਫਿਰ گاਹ ਜਿਹੜੇ ਟੀਚਰ ਨੇ ਉਹਨੂੰ ਪੜਾਇਆ ਹੋਵੇਗਾ ਉਹਦਾ ਨਾਮ ਵੀ ਆਉਂਦਾ ਹੁਣ ਬਹੁਤ ਸਾਰੇ ਟੀਚਰ ਆਪਾਂ ਇਦਾਂ ਦੇ ਵੀ ਦੇਖਦੇ ਆਂਗੇ ਜਿਹੜੇ ਟੀਚਰ ਓਵਰਟਾਈਮ ਲਾਉਂਦੇ ਆ ਹਨਾ ਫੰਸਾਨੂੰ ਕੀ ਹੁੰਦਾ ਸੀ ਕਿਹਣਾ ਜਦੋਂ ਸਾਡੇ ਐਗਜ਼ਾਮ ਹੋਣ ਵਾਲੇ ਹੁੰਦੇ ਸੀਗੇ ਤਾਂ ਉਦੋਂ ਦੋ ਦੋ ਮਹੀਨੇ ਪਹਿਲਾਂ ਸਾਨੂੰ ਜਿਵੇਂ ਸਾਡੇ ਮੈਥ ਵਾਲੇ ਮੈਡਮ ਹੁੰਦੇ ਸੀਗੇ ਹਨਾ ਉਹ ਕਹਿੰਦੇ ਸੀਗੇ ਵੀ ਇੱਕ ਘੰਟਾ ਸਕੂਲ ਟਾਈਮ ਤੋਂ ਆਪਾਂ ਪਹਿਲਾਂ ਕਲਾਸ ਲਾਵਾਂਗੇ ਤਾਂ ਬੱਚਾ ਨੇ ਵੀ ਉੱਡ ਕੇ ਆਉਣਾ ਵੀ ਹਾਂ ਅੱਜ ਸਵੇਰ ਸਵੇਰ ਜਿਹੜੀ ਕਲਾਸ ਲਾਉਣ ਜਾਵਾਂਗੇ ਹਨਾ ਪੜਨ ਵਾਲੇ ਹੁੰਦੇ ਅਰਚ ਜਿਨ੍ਹਾਂ ਨੇ ਟੈਪ ਪਾਸ ਕਰਨਾ ਉਹ ਤਾਂ ਫਿਰ ਜਿਹੜਾ ਆਪਣਾ ਫੀਡ ਹੁੰਦਾ ਉਹ ਵੀ ਮਸਾ ਲਾਉਂਦੇ ਹਨਾ ਉਹਦੇ 'ਚ ਵੀ ਉਹਨਾਂ ਨੂੰ ਟੈਨ ਹੁੰਦਾ ਵੀ ਬਹੁਤ ਜ਼ਿਆਦਾ ਟਾਈਮ ਲੰਮਾ ਹੋ ਗਿਆ ਮੈਡਮ ਹਜੇ ਪੜਾਈ ਜਾਂਦੇ ਆ हां ਤੇ ਉਹ ਵੀ ਅਧਿਆਪਕ ਹੈ ਹਨਾ ਤੇ ਇੱਕ ਅਧਿਆਪਕੇ ਵੀ ਹੁੰਦਾ ਹਨਾ ਜਿਹੜਾ ਆਪਾਂ ਗੱਲ ਕੀਤੀ ਸੀਗੀ ਵੀ ਇੱਕ ਸਿਰਫ ਲਿਮਿਟ ਚ ਪੜਾਉਂਦੇ ਆ ਵੀ ਮੇਰਾ ਇੰਨਾ ਹੀ ਲੈਕਚਰ ਸੀਗਾ ਮੈਂ ਇੰਨਾ ਹੀ ਪੜਾਉਣਾ ਮੈਨੂੰ ਇੰਨੀ ਪੇ ਮਿਲਦੀ ਆ ਹਨਾ ਹੁਣ ਇੱਕ ਨਾ ਟੀਚਰ ਸੀਗੇ ਤੇ ਉਹਨਾਂ ਨੂੰ ਜਿਵੇਂ ਉਹਨਾਂ ਕੀ ਪੇ ਮਿਲਦੀ ਸੀਗੀ ਹਨਾ ਤੇ ਉਹ ਨਾ ਬੀਏ ਦੀ ਕਲਾਸ ਲਾਈ ਜਾਂਦੇ ਸੀ ਤੇ ਬੱਚਿਆਂ ਨੂੰ ਇਦਾਂ ਪੜਾ ਰਹੇ ਸੀਗੇ ਜਿਦਾਂ ਆਪਾਂ ਇੱਕ ਨਰਸਰੀ ਵਾਲੇ ਬੱਚੇ ਨੂੰ ਪੜਾਉਨੇ ਆ ਹਨਾ ਤਾਂ ਨਾ ਪ੍ਰਿੰਸੀਪਲ ਜਿਹੜੇ ਉਹਨਾਂ ਦੇ ਸੀਗੇ ਤੇ ਉਹ ਨਾ ਦੋ ਤਿੰਨ ਵਾਰੀ ਉਹਨਾਂ ਦੀ ਕਲਾਸ ਦੇ ਅੱਗੋਂ ਲੰਗੇ ਹਨਾ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਏ ਮੈਡਮ ਵੀ ਕਿੱਦਾਂ ਪੜਾਈ ਜਾਂਦੇ ਆ ਨਾ ਤੇ ਉਹਨਾਂ ਨੇ ਮੈਡਮ ਨੂੰ ਬੁਲਾਇਆ ਆਪਣੇ ਆਫਿਸ 'ਚ ਤੇ ਜਦੋਂ ਉਹਨਾਂ ਨੇ ਬੁਲਾਇਆ ਤੇ ਉਹ ਮੈਡਮ ਪਤਾ ਕੀ ਬੋਲੇ ਕਹਿੰਦੇ ਕਿ ਇੰਨੇ ਦੇ ਵਿੱਚ ਸਿਰਫ ਇੰਨਾ ਹੀ ਹੁੰਦਾ ਹੈ ਨਾ ਵੇਖੋ ਅਰਚ ਆਪਾਂ ਵੀ ਉਹ ਜਿਵੇਂ ਤੁਸੀਂ ਦੱਸਿਆ ਉਹ ਮੈਡਮ ਨੇ ਆਏ ਸੋਚ ਲਿਆ ਵੀ ਮੈਨੂੰ ਇੰਨੀ ਇੱਕ ਤਨਖਾਹ ਮਿਲਦੀ ਹੈ ਨਾ ਵੀ ਤਨਖਾਹ ਮਿਲਦੀ ਹੈ ਤੁਹਾਨੂੰ ਵੱਖਰੀ ਗੱਲ ਹੈ ਤੁਸੀਂ ਉੱਥੇ ਕਹਿ ਸਕਦੇ ਵੀ ਮੈਨੂੰ ਇੰਨੀ ਇੱਕ ਤਨਖਾਹ ਦੀ ਜ਼ਰੂਰਤ ਹੈ ਮੈਨੂੰ ਇੰਨੀ ਤਨਖਾਹ ਮਿਲਣੀ ਚਾਹੀਦੀ ਹੈ ਨਾ ਪਰ ਬੱਚੇ ਇੱਕ ਨਹੀਂ ਬੱਚੇ ਕਿੰਨੇ ਹੁੰਦੇ ਆ ਕਲਾਸ ਦੇ ਵਿੱਚ ਹੈ ਨਾ ਤੇ ਕਿੰਨੇ ਬੱਚਿਆਂ ਦਾ ਉਹਨਾਂ ਸਕਾਨ ਹੋਈ ਜਾਂਦਾ ਵੀ ਐ ਤਾਂ ਹੈ ਤੇ ਟੀਚਰ ਆ ਜਿਹੜੇ ਉਹ ਜਦੋਂ ਆਪਦੇ ਟੀਚਰਸ ਕੋਲ ਗਾਹ ਜਾਂਦੇ ਆ ਹਨਾ ਤੇ ਉਹ ਹਮੇਸ਼ਾ ਵੀ ਉਹ ਵੀ ਅਧਿਆਪਕ ਹੈ ਤੇ ਉਹ ਵੀ ਅਧਿਆਪਕ ਹੈ ਹਨਾ ਤੇ ਚਲੋ ਇੱਕ ਅਹੁਦਾ ਆਪਾਂ ਕਹਿ ਸਕਦੇ ਵੀ ਕੌਦੇ ਚੋ ਬਰਾਬਰ ਹੋਗੇ ਹਨਾ ਪਰ ਉਹ ਹਜੇ ਵੀ ਸਮਝਦੇ ਆ ਵੀ ਮੇਰੇ ਟੀਚਰ ਜਿਹੜੇ ਉਹ ਮੇਰੇ ਤੋਂ ਉੱਪਰ ਆ ਹਨਾ ਜਿਹੜੇ ਆਪਣੇ ਗੁਰੂ ਹੁੰਦੇ ਆ ਤੇ ਉਹ ਹਮੇਸ਼ਾ ਵਾਤੇ ਗੁਰੂ ਹੀ ਹੁੰਦੇ ਆ ਤੇ ਸਾਨੂੰ ਗੁਰੂ ਹੀ ਬਣਾ ਕੇ ਰੱਖਣੇ ਚਾਹੀਦੇ ਭਾਵਾਂ ਸੀ ਕਿ ਅਹੁਦੇ ਤੇ ਪਹੁੰਚ ਜੀਗੇ ਹਾਂ ਤੇ ਉਹ ਹਮੇਸ਼ਾ ਜਦੋਂ ਨਾਲ ਮਿਲਣ ਜਾਂਦੇ ਆ ਨਾ ਤੇ ਵੀ ਆਪਾਂ ਜਦੋਂ ਕਹਿ ਦਨੇ ਆ ਹਨਾ ਵੀ ਮੇਰੇ ਨਾਲ ਚੇਅਰ ਤੇ ਤੁਸੀਂ ਵੀ ਬੈਠੋ ਹਨਾ ਕਿਉਂਕਿ ਉਹ ਵੀ ਅਧਿਆਪਕ ਹੈ ਤੇ ਉਹ ਵੀ ਅਧਿਆਪਕ ਆ ਆਪਾਂ ਪੂਰਾ ਸਤਿਕਾਰ ਦਨੇ ਆਏ ਨੂੰ ਹਨਾ ਤੇ ਉਹ ਕਹਿੰਦੇ ਨਹੀਂ ਵੀ ਤੁਸੀਂ ਮ ਇੱਥੇ ਬੈਠੋ ਮੈਸ ਟੂਲ ਤੇ ਬੈਠ ਜੂ ਹਨਾ ਜਾਂ ਉਸ ਟੂਲ ਤੇ ਬੈੰਦੇ ਜਾਂ ਉਹ ਨੀਚੇ ਬੈਹੰਦੇ ਉਹ ਕਹਿੰਦੇ ਵੀ ਮੈਨੂੰ ਕੋਈ ਇਹ ਚ ਫਰਕ ਨਹੀਂ ਲੱਗਦਾ ਹੈਗਾ ਵੀ ਮੈਂ ਥੱਲੇ ਬੈਠ ਚੰਗੀ ਸੋਚੂ ਤਾਂ ਬੱਚਿਆਂ ਤੇ ਵੀ ਉਹੀ ਅਸਰ ਪੈਂਦੇ ਪੈਂਦਾ ਜਿਵੇਂ ਉਹਨ ਟੀਚਰ ਡੇ ਆਉਂਦਾ ਪੈਣੀ ਸਾਡੇ ਟੀਚਰਸ ਸਾਨੂੰ ਮੌਕਾ ਦਿੰਦੇ ਹੁੰਦੇ ਸੀਗੇ ਹਨਾ ਵੀ ਜਿਵੇਂ ਬੱਚਿਆਂ ਦਾ ਸ਼ੌਂਕ ਹੁੰਦਾ ਵੀ ਮੈਂ ਆ ਬੰਨਾ ਹੈ ਮੈਂ ਆ ਬੰਨਾ ਹੈ ਹਨਾ ਤੇ ਕਈ ਬੱਚਿਆਂ ਦਾ ਇਹ ਵੀ ਸ਼ੌਂਕ ਹੁੰਦਾ ਵੀ ਮੈਂ ਆਪਦੇ ਅਧਿਆਪਕ ਵਰਗਾ ਹੀ ਬੰਨਾ ਹਨਾ ਉੱਥੇ ਇੱਕ ਅਧਿਆਪਕ ਨੂੰ ਵੀ ਕਿੰਨੀ ਖੁਸ਼ੀ ਹੁੰਦੀ ਹੈ ਕਿੰਨਾ ਮਾਣ ਹੁੰਦਾ ਵੀ ਹਾਂ ਮੈਂ ਚੰਗਾ ਹੋਊਗਾ ਤਾਂ ਹੀ ਮੇ ਬੇਕਵਾਰ ਜਿੱਦੋਂ ਆਪ ਨੂੰ ਮੈਡਮ ਜਾਂ ਸਰ ਪੜਾਉਂਦੇ ਉਦੋਂ ਆਪਾਂ ਨੂੰ ਬਹੁਤ ਚੰਗੇ ਵੀ ਲੱਗਦੇ ਵਧੀਆ ਵੀ ਲੱਗਦਾ ਉਦੋਂ ਆਪਾਂ ਨੂੰ ਵੀ ਹੁੰਦਾ ਵੀ ਅਸੀਂ ਵੀ ਐਵੇਂ ਸਰਾਂ ਵਾਂਗੂ ਜਾਂ ਮੈਡਮ ਵਾਂਗੂ ਅਸੀਂ ਵੀ ਆਈ ਪੜਾਗੇ ਗਾਂ ਕਿਸੇ ਨੂੰ ਹਾਂ ਤੇ ਉਹ ਨਾ ਜਦੋਂ ਅਸੀਂ ਟੀਚਰਡੇ ਹੁੰਦਾ ਹਨਾ ਤੇ ਮੈਡਮ ਵਾਸਤੇ ਕੁਝ ਨਾ ਕੁਝ ਲੈ ਕੇ ਆਣਾ ਬੱਚਿਆਂ ਨੇ ਪਰ ਮੈਡਮ ਨੇ ਹਮੇਸ਼ਾ ਸਾਨੂੰ ਇੱਕ ਗੱਲ ਕਹਿਣੀ ਵੀ ਸਾਨੂੰ ਤੋਹਫਿਆਂ ਦੀ ਜ਼ਰੂਰਤ ਨਹੀਂ ਸਾਡੇ ਲਈ ਤੋਹਫਾ ਉਹੀ ਹੈ ਵੀ ਤੁਸੀਂ ਸਾਡੇ ਕੋਲੋਂ ਪੜਦੇ ਹੋ ਤੇ ਗਾਂ ਅੱਛੇ ਨੰਬਰ ਲੈ ਕੇ ਆਉਣੇ ਹੋ ਕਦੇ ਵੀ ਬੱਚੇ ਨੂੰ ਇਹ ਨਹੀਂ ਕਿਹਾ ਸੀ ਵੀ ਤੁਸੀਂ ਸਾਨੂੰ ਬਾਜ਼ਾਰ ਚੋਂ ਕੁਝ ਲਿਆ ਕੇ ਦਿਓ ਹਨਾ ਅੱਜ ਵੀ ਸਾਡਾ ਦਿਨ ਹੈਗਾਗਾ ਸਗ ਚਾਹੁੰ ਉਹ ਇਸ ਗੱਲ ਪਿੱਛੇ ਐਪਰੀਸ਼ੀਏਟ ਕਰਦੇ ਹੁੰਦੇ ਸੀਗੇ ਵੀ ਬੱਚੇ ਦਾ ਨਾ ਕਲਾਸ ਦੇ ਵਿੱਚ ਪੜਾਉਣਾ ਉਹ ਟੀਚਰ ਕੀ ਕਰਦੇ ਸੀ ਨਾ ਵੀ ਜਿਹੜਾ ਜਿਹੜਾ ਵੀ ਲੈਕਚਰ ਹੁੰਦਾ ਸੀ ਜਿਹੜੇ ਵੀ ਟੀਚਰ ਦਾ ਹੁੰਦਾ ਸੀਗਾ ਤੇ ਹੁਣ ਉਹ ਟੀਚਰ ਨੂੰ ਜਿਹੜਾ ਬੱਚਾ ਪਸੰਦ ਕਰਦਾ ਸੀਗਾ ਹਨਾ ਤੇ ਉਹ ਬੱਚਾ ਫਿਰ ਖੜਾ ਹੋ ਕੇ ਉਹ ਕਲਾਸ ਨੂੰ ਪੜਾਉਂਦਾ ਹੁੰਦਾ ਸੀ ਉਸ ਦਿਨ ਉਹ ਬੱਚੇ ਨੂੰ ਮੌਕਾ ਮਿਲਦਾ ਸੀਗਾ ਤੇ ਫਿਰ ਸਾਰੇ ਆਣੇ ਉਸ ਚੀਜ਼ ਤੇ ਤਾੜੀਆਂ ਮਾਰਦੇ ਹਨਾ ਉਹ ਬੱਚੇ ਦਾ ਵੀ ਹੌਸਲਾ ਵਧਦਾ ਵੀ ਹਾਂ ਕੱਲ ਨੂੰ ਮੈਂ ਟੀਚਰ ਬਣੂੰਗਾ ਮੈਂ ਇਦਾਂ ਪੜਾਉਂਗਾ ਹਨਾ ਤੇ ਉਹ ਬੱਚੇ ਨੂੰ ਉਹਦੇ ਸੁਪਨੇ ਮਤਲਬ ਆਪਾਂ ਕਹਿ ਸਕਦੇ ਹਾਂ ਨਾ ਵੀ ਰਿਪੀਟ ਹੋਣ ਲੱਗ ਜਾਂਦਾ ਹੈ ਉਹ ਆਪਦੇ ਸੁਪਨੇ ਪੁੰਨ ਲੱਗ ਜਾਂਦਾ ਫਿਰ ਜੀ ਵੇਖੋ ਜਿੱਦ ਦੇ ਆਪਕ ਦਾ ਦੇਨ ਹੁੰ ਚ ਲੈ ਲੈਂਦੇ ਵੀ ਤੁਸੀਂ ਸਾਡੇ ਲਈ ਅੱਜ ਕੀ ਗਿਫਟ ਲੈ ਕੇ ਆਏ ਹੋ ਹਨਾ ਤੇ ਆ ਮੈਨੂੰ ਲੱਗਦਾ ਗਿਫਟ ਰਹਿ ਰਿਕ ਲੈ ਕੇ ਵੀ ਜਾਂਦਾ ਹਨਾ ਤੇ ਮੈਂ ਕੱਲ ਹੀ ਸੁਣਿਆ ਵੀ ਜਿਹੜੇ ਬੱਚੇ ਗਿਫਟ ਲੈ ਕੇ ਆਏ ਉਹਨਾਂ ਲਈ ਤਾਂ ਮੈਡਮ ਨੇ ਕੇਕ ਕੱਟਿਆ ਜਦੋਂ ਨਾਲ ਉਹਨਾਂ ਨੂੰ ਆਪ ਦੇ ਖੜਾਇਆ ਫੋਟੋ ਵੀ ਕਰਵਾਗਾ ਸਭ ਕੁਝ ਕਰਵਾਇਆ ਹਨਾ ਜਿਹੜੇ ਬੱਚੇ ਨਹੀਂ ਗਿਫਟ ਲੈ ਕੇ ਆਏ ਉਹਨਾਂ ਨੂੰ ਐਂ ਕਹਤਾ ਵੀ ਤੁਸੀਂ ਸਾਈਡ ਤੇ ਜਾ ਕੇ ਬੈਠ ਸਕਦੇ ਹੋ ਹਨਾ ਵੀ ਉਸ ਟਾਈਮ ਉਹ ਵੇਖੋ ਬੱਚਿਆਂ ਦਾ ਕਿੰਨਾ ਮਨ ਦੁਖੀ ਹੁੰਦਾ ਵੀ ਸਾਨੂੰ ਮੈਡਮ ਨੇ ਇੱਥੇ ਬਿਠਾਤਾ ਤੇ ਉਹਨਾਂ ਨੂੰ ਨਾਲ ਬਿਠਾਇਆ ਹਨਾ ਤੇ ਸਗੋਂ ਮੈਡਮ ਨੂੰ ਸਰ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਜਿਹੜੇ ਬੱਚੇ ਨਹੀਂ ਗਿਫ ਸਾਰਿਆਂ ਦੀ ਫੋਟੋ ਇਕੱਠੀ ਕਰਾਉਂਦੇ ਤਾਂ ਕਿੰਨੀ ਚੰਗੀ ਲੱਗਦੀ ਹੈ ਹਨਾ ਵੀ ਕਈ ਵਾਰ ਕੋਈ ਬੱਚਾ ਹੋ ਸਕਦਾ ਵੀ ਗਿਫਟ ਲਿਆ ਸਕਦਾ ਕਈ ਵਾਰ ਕੋਈ ਹੁੰਦਾ ਵੀ ਨਵੇਂ ਵੀ ਲਿਆ ਸਕਦਾ ਹਨਾ ਹੁਣ ਜੇ ਇੱਕ ਟੀਚਰ ਆਪ ਦੀ ਆਪ ਮੰਗ ਕੇ ਕੋਈ ਚੀਜ਼ ਲੈ ਰਹੇ ਦੇਖੋ ਜੇ ਕੋਈ ਚੰਗਾ ਅਧਿਆਪਕ ਹੋਊਗਾ ਨਾ ਬੱਚੇ ਦਾ ਵੀ ਜੀ ਕਰੂਗਾ ਵੀ ਮੈਂ ਆਪਦੇ ਅਧਿਆਪਕ ਨੂੰ ਕੁਝ ਨਾ ਕੁਝ ਲੈ ਕੇ ਦੇਵਾਂ ਹਨਾ ਦੇਖੋ ਚੰਗੇ ਟੀਚਰ ਨੂੰ ਤਾਂ ਮੈਨੂੰ ਲੱਗਦਾ ਕੁਝ ਮੰਗਣ ਦੀ ਲੋੜ ਪੈਂਦੀ ਨਹੀਂ ਹਨਾ ਉਹਦੇ ਲਈ ਤਾਂ ਆਪ ਹੀ ਬਹੁਤ ਗਿਫਟ ਹੋ ਜਾਂਦੀ ਹੈ ਜੀ ਤੁਸੀਂ ਦੇਖੋ ਵੀ ਜਿਹੜੇ ਸਾਡੇ ਅਧਿਆਪਕ ਹੁੰਦੇ ਸੀ ਉਹਨਾਂ ਨੇ ਸਾਥੋਂ ਕਦੇ ਨਹੀਂ ਕੋਈ ਚੀਜ਼ ਮੰਗੀ ਸੀ ਹਨਾ ਜੇ ਬੱਚਾ ਲੈ ਵੀ ਆਉ ਨਾ ਵੀ ਮੈ ਟੀਚਰ ਨੂੰ ਗਿਫਟ ਦੇਣਾ ਹੀ ਦੇਣਾ ਤੇ ਤੂੰ ਆਪਦੇ ਹੱਥੀ ਕੁਝ ਬਣਾ ਕੇ ਲਿਆਇਆ ਕਰ ਹਨਾ ਵੀ ਬਾਜ਼ਾਰ ਚ ਕਦੇ ਵੀ ਉਹਨਾਂ ਨੇ ਆਏ ਨਹੀਂ ਕਿਹਾ ਸੀ ਕਦੇ ਵੀ ਤੁਸੀਂ ਬਾਜ਼ਾਰ ਚ ਸਾਡੇ ਵਾਸਤੇ ਕੁਝ ਖਰੀਦ ਕੇ ਲਿਆਓ ਹਨਾ ਕਈ ਬੱਚੇ ਆਉਂਦੇ ਸੀ ਵੀ ਬਹੁਤ ਸਾਰਾ ਕੁਝ ਲਿਖ ਕੇ ਵੀ ਲੈ ਕੇ ਆਉਂਦੇ ਹਨਾ ਵੀ ਸਾਡੇ ਹਾਂ ਤੇ ਉਹ ਚੀਜ਼ਾਂ ਹਮੇਸ਼ਾ ਵਾਸਤੇ ਸਾਭ ਕੇ ਰੱਖੀਆਂ ਹਨਾ ਹਜੇ ਵੀ ਕਈ ਵਾਰ ਜਦੋਂ ਕੋਈ ਕਾਗਜ਼ ਪੱਤਰ ਫਰੋਲ ਦੇ ਉਹ ਚੀਜ਼ਾਂ ਜਿਹਦੇ ਵਿੱਚੋਂ ਆਉਂਦੀਆਂ ਕਾਰਡ ਵਿੱਚੋਂ ਨਿਕਲਦੇ ਹਨਾ ਫਿਰ ਇਹ ਪੜ੍ਹਦੇ ਵੀ ਆ ਫਿਰ ਇਹ ਉਹ ਟਾਈਮ ਵੀ ਯਾਦ ਕਰਦੇ ਵੀ ਇਹ ਫਲਾਣਾ ਬੱਚਾ ਐਵੇਂ ਦਾ ਸੀ ਇਹਨੇ ਮੈਨੂੰ ਆਹ ਕਾਰਡ ਦਿੱਤਾ ਸੀ ਇਹ ਪੜਾਈ ਚ ਆਈ ਸੀ ਹਾਰ ਸੀ ਹਨਾ ਵੀ ਇਹ ਵੀ ਦਾ ਵੀ ਇਹ ਮੇਰੇ ਲਈ ਬਹੁਤ ਮਾਣ ਦੀ ਚੀਜ਼ ਹੈਗੀ ਇਹ ਮੇਰੇ ਲਈ ਇੱਕ ਕਾਰਡ ਨਹੀਂ ਗੇ ਮੇਰੇ ਬੱਚਿਆਂ ਦਾ ਬਹੁਤ ਮਾਣ ਹੈ ਮੈਨੂੰ ਸਤਕਾਰ ਹੈ ਮੋਹ ਪੈ ਇੰਦਰ ਨਾ ਕਿਸੇ ਵੀ ਚੀਜ਼ ਦੇ ਨਾਲ ਹੁਣ ਬਹੁਤੇ ਮੇਰੇ ਨਾਲ ਦੇ ਹਨਾ ਬੱਚੇ ਇਦਾਂ ਦੇ ਆ ਜਿਹੜੇ ਨਾ ਸਕੂਲ ਦੇ ਵਿੱਚ ਜਾ ਕੇ ਜਦੋਂ ਅਸੀਂ ਪੜਦੇ ਹੁੰਦੇ ਸੀ ਨਾ ਤੇ ਸਾਡੇ ਤੋਂ ਜਿਹੜੇ ਸੀਨੀਅਰ ਬੱਚੇ ਹੁੰਦੇ ਸੀਗੇ ਹਨਾ ਤੇ ਉਹ ਜਦੋਂ ਮੈਡਮ ਹੋਰਾਂ ਨੂੰ ਮਿਲਣ ਆਉਂਦੇ ਤਾਂ ਉਹ ਆਪਦੇ ਬੈਂਚਾਂ ਤੇ ਬਹਿ ਕੇ ਰੋਣ ਲੱਗ ਜਾਂਦੇ ਹੁੰਦੇ ਸੀਗੇ ਹਨਾ ਵੀ ਅਸੀਂ ਇੱਥੇ ਪੜਦੇ ਸੀ ਵੀ ਉਹ ਸਮਾਂ ਕਿਉਂਕਿ ਵਾਪਸ ਨਹੀਂ ਆ ਸਕਦਾ ਨਹੀਂ ਹੁੰਦਾ ਅਚ ਤੇ ਉਹਨਾਂ ਰੋਣ ਲੱਗ ਜਾਂਦੇ ਤੇ ਅਸੀਂ ਹਮੇਸ਼ਾ ਉਹਨੂੰ ਕਹਿੰਦੇ ਵੀ ਕਿਉਂ ਰੋ ਨੇ ਦੱਸਣਾ ਵੀ ਕਿਸੇ ਵੇਲੇ ਕੋਈ ਨਹੀਂ ਤੁਹਾਡੇ ਤੇ ਵੀ ਇਹ ਟਾਈਮ ਆਊਗਾ ਨਾ ਤੁਸੀਂ ਵੀ ਯਾਦ ਕਰਿਆ ਕਰੋਗੇ ਵੀ ਅਸੀਂ ਇੰਨਾ ਬੈਂਚਾਂ ਤੇ ਬਹਿ ਕੇ ਪੜਦੇ ਹੁੰਦੇ ਸੀਗੇ ਹੁਣ ਤੁਸੀਂ ਦੇਖੋ ਵੀ ਜਿਹੜੇ ਉਸ ਟਾਈਮ ਤੇ ਹਨਾ ਇੰਨੀ ਕੋਈ ਆਪਾਂ ਨਹੀਂ ਕਹਿ ਸਕਦੇ ਵੀ ਤਰੱਕੀ ਸੀਗੀ ਹਨਾ ਤਾਂ ਵੀ ਬੱਚੇ ਆਪਦੇ ਪੜ ਲੰਦੇ ਸੀਗੇ ਹਨਾ ਆਪ ਹੀ ਆਪਦੀਆਂ ਮਰਜ਼ੀਆਂ ਕਰਦੇ ਸੀਗੇ ਹੁਣ ਅੱਜ ਦੇ ਬੱਚੇ ਆਪਾਂ ਸਕੂਲ ਵੇਖ ਲਈ ਸਮਾਰਟ ਸਕੂਲ ਬਣ ਗਏ ਹਨਾ ਕਿੰਨਾ ਕਲਰਿੰਗ ਹੁੰਦਾ ਹੈਗਾ ਸਕੂਲਾਂ ਦੇ ਵਿੱਚ ਕਿੰਨੀਆਂ ਚੀਜ਼ਾਂ ਜਿਹੜੀਆਂ ਸਮਾਰਟ ਜਿਹੜੀਆਂ ਚੀਜ਼ਾਂ ਨਵੀਆਂ ਆ ਗਈਆਂ ਪ੍ਰੋਜੈਕਟਰ ਲੱਗੇ ਆ ਕਲਾਸਾਂ ਦੇ ਵਿੱਚ ਨਾ ਤਾਂ ਬੱਚੇ ਦਾ ਵੀ ਮਨ ਹੁੰਦਾ ਵੀ ਆਟੋਮੈਟਿਕਲੀ ਵੀ ਮੈਂ ਸਕੂਲ ਦੇ ਵਿੱਚ ਜਾਵਾਂ ਅੱਜ ਮੈਂ ਕੋਈ ਨਵੀਂ ਚੀਜ਼ ਸਿੱਖ ਕੇ ਆਉਂਗਾ ਅੱਜ ਮੈਂ ਨਵੀਂ ਚੀਜ਼ ਦੇਖ ਕੇ ਆਉਂਗਾ ਹਨਾ ਕਿੱਡੇ ਸੋਹਣੇ ਸੋਹਣੇ ਜਿਹ ਬਣ ਚੁੱਕੇ ਕਿਨੇ ਸੋਹਣੇ ਸੋਹਣੇ ਗਾਰਡਨ ਬਣ ਗਏ ਉਹਨਾਂ ਦੇ ਵਿੱਚ ਦੇਖੋ ਮੈਨੂੰ ਲੱਗਦਾ ਨਾ ਵੀ ਆਪਣੀ ਇੱਕ ਮਨ ਦੇ ਵਿੱਚ ਇੱਛਾ ਹੋਣੀ ਚਾਹੀਦੀ ਹੈ ਪੜਨ ਦੀ ਹੈਨਾ ਤਾਂ ਉਹ ਕਦੇ ਵੀ ਬੱਚਾ ਪਿੱਛੇ ਰਹਿ ਨਹੀਂ ਸਕਦਾ ਹੁਣ ਜਿਹੜੇ ਬੱਚੇ ਦੇਖ ਨਹੀਂ ਸਕਦੇ ਹੈਨਾ ਪੜਾਈ ਤੋਂ ਉਹ ਵੀ ਪੜਦੇ ਆ ਹਣਾ ਉਹਨਾਂ ਵਾਸਤੇ ਵੀ ਉਹ ਚੀਜ਼ਾਂ ਬੜੀਆਂ ਹੁੰਦੀਆਂ ਕੰਨ ਦੇ ਉੱਤੇ ਜਿਵੇਂ ਉਹ ਉੜਾੜਾ ਲੈ ਕੇ ਲਾਉਂਦੇ ਆ ਤੇ ਫਿਰ ਉਹ ਟੋਟੋ ਕੇ ਦੇਖਦੇ ਵੀ ਉੜਾ ਕੀ ਆੜਾ ਨਾ ਸ਼ੇਪਸ ਦਾ ਪਤਾ ਲੱਗਦਾ ਉਹਨਾਂ ਨੂੰ ਤਾਂ ਉਹ ਬੱਚਿਆਂ ਦੇ ਜਿਨ੍ਹਾਂ ਦੇ ਮਨ ਦੇ ਵਿੱਚ ਹੁੰਦਾ ਨਾ ਵੀ ਅਸੀਂ ਪੜਨਾ ਤੋਂ ਬੱਚੇ ਹਮੇਸ਼ਾ ਪੜਦੇ ਹੀ ਪੜਦੇ ਆ ਤੇ ਜਿਹੜੇ ਬੱਚੇ ਨੇ ਹੀ ਠਾਨ ਲਈ ਵੀ ਮੈਂ ਪੜਨੇ ਨਹੀਂ ਉਹ ਭਲਾ ਚੰਗਾ ਭਲਾ ਵੀ ਹੋਵੇ ਤੇ ਉਹ ਉਤਾਂ ਵੀ ਨਹੀਂ ਪੜ ਸਕਦਾ ਬਿਲਕੁਲ ਅਰਚ ਜਿਵੇਂ ਤੁਸੀਂ ਕਿਹਾ ਵੀ ਉਹ ਹੁਣ ਅੱਖਰ ਟੋਕੇ ਵੀ ਪੜ ਲੈਂਦੇ ਹਨਾ ਉਹਨਾਂ ਦੇ ਅੰਦਰ ਮਨ ਪੜਨ ਦੇ ਅੰਦਰ ਇੱਛਾ ਹੈਗੀ ਹਨਾ ਉਹ ਫਿਰ ਵੀ ਪੜਦੇ ਹੀ ਪੜਦੇ ਆ ਤੇ ਪਰ ਥੋੜੇ ਵਾਲੀ ਗੱਲ ਜਿਨ੍ਹਾਂ ਨੇ ਨਹੀਂ ਪੜਨਾ ਉਹਨਾਂ ਨੂੰ ਤਾਂ ਇਹ ਹੁੰਦਾ ਵੀ ਹੁਣ ਲੈਕਚਰ ਸਾਡਾ ਲੱਗਿਆ ਵਾ ਹਨਾ ਤੇ ਉਹ ਜਿਹੜੇ ਬੱਚੇ ਨਹੀਂ ਪੜਦੇ ਹਮੇਸ਼ਾ ਵਾਸਤੇ ਬੈਠਦੇ ਵੀ ਪਿੱਛੇ ਹੁੰਦੇ ਹਨਾ ਵੀ ਅੱਗੇ 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 ਤਾਂ ਮੈਡਮ ਸਾਦੀ ਨਿਗਰ ਰਹਿ ਜੂਗੀ ਤੇ ਪਿੱਛੇ ਕੜਾ ਰਹਿਣੀ ਉਹ ਪਿੱਛੇ ਬੈਠੇ ਗੱਲਾਂ ਵੀ ਕਰੀ ਜਾਂਦੇ ਹੁੰਦੇ ਆ ਤੇ ਉਹਨਾਂ ਨੂੰ ਤਾਂ ਇਹ ਹੁੰਦਾ ਵੀ ਕਦੋਂ ਬੱਲ ਵੱਜੇ ਤੇ ਕਦੋਂ ਅਸੀਂ ਫਰੀ ਹੋ ਗਏ ਹਨਾ ਤੇ ਜਿਵੇਂ ਤੁਸੀਂ ਸਕੂਲ ਗਏ ਹਰ ਚ ਹੁਣ ਤਾਂ ਬਹੁਤ ਜ਼ਿਆਦੇ ਸੋਹਣੇ ਸਕੂਲ ਬਣ ਗਏ ਸਕੂਲ ਚ ਜਾਣ ਸਾਰ ਵੇਖਣ ਸਾਰ ਵੀ ਜੀ ਲੱਗ ਜਾਂਦਾ ਹੁੰਦਾ ਹਨਾ ਜਦੋਂ ਜਿੰਨਾ ਟਾਈਮ ਚ ਆਪਾਂ ਪੜਦੇ ਹੁੰਦੇ ਸੀ ਉਦੋਂ ਜਦੋਂ ਸਿਆਲ ਆ ਜਾਂਦਾ ਹੁੰਦਾ ਸੀ ਤਾਂ ਉਦੋਂ ਕਿ ਵੀ ਪੜਿਆ ਹਣਾ ਹਾਂ ਤੇ ਜਦੋਂ ਗਰਮੀ ਹੁੰਦੀ ਸੀ ਤਾਂ ਉਦੋਂ ਆਪਾਂ ਨੂੰ ਦਰੱਖਤਾਂ ਥੱਲੇ ਬੈਠ ਕੇ ਵੀ ਪੜਾ ਲੈਂਦੇ ਹੁੰਦੇ ਸੀ ਤੇ ਉਦੋਂ ਆਪਾਂ ਨੂੰ ਜ਼ਰੂਰੀ ਨਹੀਂ ਸੀ ਹੁੰਦਾ ਜੇ ਅਸੀਂ ਅੰਦਰਾਂ ਤੇ ਅੰਦਰੀ ਬੈਠ ਕੇ ਪੜਨਾ ਹੈ ਨਾ ਤੇ ਹੁਣ ਮੈਨੂੰ ਲੱਗਦਾ ਜੇ ਆਪਾਂ ਗਰਮੀ ਹੋਵੇ ਸਿਆਲ ਹੋਵੇ ਤੇ ਆਪਣੇ ਬੱਚੇ ਅੰਦਰ ਹੀ ਰਹਿੰਦੇ ਪੜਨੋਂ ਕਿਤੇ ਬਾਹਰ ਆਏ ਨਹੀਂ ਪੜਨ ਲਈ ਹਾਂ ਤੁਸੀਂ ਦੇਖੋ ਨਾ ਜੀ ਸਕੂਲਾਂ ਦੇ ਵਿੱਚ ਇੰਨੀ ਸੁਵਿਧਾ ਹੋਣ ਦੇ ਬਾਵਜੂਦ ਵੀ ਬੱਚਾ ਨਾ ਪੜੂਗਾ ਤੇ ਫਿਰ ਉਹ ਬੱਚੇ ਦਾ ਕਸੂਰ ਨਿਕਲੂਗਾ ਹਨਾ ਵੀ ਬੱਚਾ ਨਹੀਂ ਪੜਦਾ ਹੈਗਾ ਪਰ ਜਿਹੜੇ ਅਧਿਆਪਕ ਆ ਕੀਤੀ ਨਾ ਕੀਤੀ ਅਧਿਆਪਕ ਦਾ ਰੋਲ ਹੁੰਦਾ ਇੱਕ ਬੱਚੇ ਨੂੰ ਪੜਾਉਣ ਦੇ ਵਿੱਚ ਹਨਾ ਜੇ ਅਧਿਆਪਕ ਦੇ ਵਿੱਚ ਇੱਕ ਬੱਚਾ ਇੰਟਰਸਟ ਰੱਖਦਾ ਹਨਾ ਵੀ ਉਹ ਅਧਿਆਪਕ ਮੈਨੂੰ ਚੰਗਾ ਪੜਾਉਂਦਾ ਜਾਂ ਇੱਕ ਫਰੈਂਡਲੀ ਆਪਾਂ ਰਹਨੇ ਆ ਹੁਣ ਕਈ ਅਧਿਆਪਕ ਤਾਂ ਹੁੰਦੇ ਜਿਨ੍ਹਾਂ ਤੋਂ ਆਪਾਂ ਦੂਜੀ ਵਾਰ ਕੋਈ ਗੱਲ ਪੁੱਛਣ ਤੋਂ ਝਿਜਕਦੇ ਹਾਂ ਨਾ ਵੀ ਮੈਨੂੰ ਪਤਾ ਨਹੀਂ ਕੀ ਕਹਿ ਦੇਣਗੇ ਜਾਂ ਮੈਨੂੰ ਕੁਛ ਕੋਟ ਮਾਰਨਾ ਕਰਨ ਹਨਾ ਜਾਂ ਮੈਨੂੰ ਕੁਛ ਕਹਿਣਾ ਦੇਣ ਜਮੇ ਬੇਇੱਜ਼ਤੀ ਨਾ ਕਰ ਦੇਣ ਨਾ ਬੱਚਿਆਂ ਨੂੰ ਕਿੰਨਾ ਡਰ ਹੁੰਦਾ ਹੈ ਨਾ ਡਰ ਪੈ ਜਾਂਦਾ ਅੰਦਰ ਹਾਂ ਤੇ ਜਿਹੜੇ ਅਧਿਆਪਕ ਮੇਰੇ ਨਾਲਦੇ ਇੱਕ ਬੱਚੇ ਨਾਲ ਫਰੈਂਡਲੀ ਰਹਿੰਦੇ ਤੇ ਉਹ ਬੱਚਾ ਵੀ ਭਾ ਦੋ ਵਾਰੀ ਆਵੇ ਤਿੰਨ ਵਾਰੀ ਆਵੇ ਪੁੱਛਦਾ ਹੀ ਪੁੱਛਦਾ ਵੀ ਮੈਡਮ ਮੈਂ ਇੱਜ ਨੂੰ ਕਿਵੇਂ ਹੱਲ ਕਰਾਂ ਉਹ ਬੱਚਾ ਫਿਰ ਨਾ ਅੰਦਰੋਂ ਝਿਜਕਦਾ ਨਹੀਂ ਆਰਛ ਪੁੱਛਣ ਲੱਗਿਆ ਹਾਂ ਹੁਣ ਬਹੁਤ ਸਾਰੇ ਅਧਿਆਪਕ ਹੈ ਬੈਣੀ ਇੱਕ ਪੜਾਉਂਦੇ ਆ ਹਨਾ ਹੁਣ ਮਹਾਰਨੀ ਹੈ ਮਹਾਰਨੀ ਬੱਚਿਆਂ ਨੂੰ ਕਈਆਂ ਨੂੰ ਨਹੀਂ ਯਾਦ ਰਹਿੰਦੀ ਹੈ ਕਿ ਇਹ ਵੀ ਕਿੱਧਰ ਨੂੰ ਸਿਆਰੀ ਪੈਂਦੀ ਕਿੱਧਰ ਨੂੰ ਵਿਹਾਰੀ ਪੈਂਦੀ ਹੈ ਹਨਾ ਤਾਂ ਉਹ ਜਿਵੇਂ ਆਪਾਂ ਕਹਿੰਦੇ ਨਾ ਵੀ ਬੱਚਿਆਂ ਨੂੰ ਗਾਣੇ ਬਹੁਤ ਛੇਤੀ ਯਾਦ ਹੋ ਜਾਂਦੇ ਆ ਹਨਾ ਤੇ ਇੱਕ ਪੜਾਈ ਜਿਹੜੀ ਉਹ ਬੱਚਿਆਂ ਦੇ ਦਿਮਾਗ 'ਚ ਨਹੀਂ ਰਹਿੰਦੀ ਤਾਂ ਹੁਣ ਜਿਹੜੀ ਇਹ ਮਹਾਰਨੀ ਹੈ ਨਾ ਉਹ ਇੱਕ ਟੀਚਰ ਨੇ ਮਤਲਬ ਉਹਨੂੰ ਇੱਕ ਗੀਤ ਦੇ ਤੌਰ ਤੇ ਬਣਾਇਆ ਵਿਆ ਤੇ ਉਹ ਮਤਲਬ ਉਹਦੇ ਨੂੰ ਸਮਝਾਉਂਦੇ ਹੱਥਾਂ ਨੇਕਸ਼ਨ ਮਾ ਕੇ ਵੀ ਇੱਧਰ ਨੂੰ ਸਿਆਰੀ ਇੱਧਰ ਨੂੰ ਵਿਹਾਰੀ ਆਏ ਔਂਕੜ ਦਲੈਂਕੜ ਹਨਾ ਤਾਂ ਉਹ ਬੱਚੇ ਦੇ ਵੀ ਦਿਮਾਗ ਦੇ ਵਿੱਚ ਬੈ ਜਾਂਦਾ ਉਹ ਗੀਤ ਜਦੋਂ ਬੋ സാഡ് മേഥാല ടി മേഡമ ਤੇ ਉਹ ਮੈਡਮ ਨੇ ਸਾਨੂੰ ਕੀ ਕਰਨਾ ਹੈ ਨਾ ਜਿਹੜੇ ਫਾਰਮੂਲੇ ਹੁੰਦੇ ਸੀ ਉਹਨਾਂ ਨੇ ਇੱਕ ਸਾਨੂੰ ਗੀਤ ਬਣਾ ਕੇ ਦਿੱਤਾ ਹੋਇਆ ਸੀ ਕਿ ਆਹ ਫਾਰਮੂਲਾ ਇਹਦਾ ਐਂ ਕਰਕੇ ਲੱਗੂਗਾ ਤੋ ਸਾਨੂੰ ਵੀ ਇੰਟਰਸਟ ਹੁੰਦਾ ਸੀਗਾ ਹਨਾ ਵੀ ਹਾਂ ਉਹ ਗੀਤ ਗਾਵਾਂਗੇ ਐਂ ਕਰਕੇ ਉਹ ਜਿਹੜਾ ਕੁਐਸਚਨ ਵੀ ਸਾਡਾ ਹੱਲ ਹੋ ਜਾਊਗਾ ਤੇ ਸਾਨੂੰ ਪਤਾ ਵੀ ਨਹੀਂ ਲੱਗਣਾ ਹਨਾ ਤੇ ਆਈ ਮਤਲਬ ਜਿਵੇਂ ਆਪਾਂ ਮੈਪ ਭਰਦੇ ਆ ਨਾ ਉਹਦੇ ਚ ਜਿਵੇਂ ਗੁਆਂਢੀ ਦੇਸ਼ ਭਰਦੇ ਹੈਗੇ ਆਗੇ ਉਹ ਵੀ ਇੱਕ ਗੀਤ ਬਣਿਆ ਹੋਇਆ ਹਨਾ ਉਹ ਲੋਕ ਉਹਵੇਂ ਭਰ ਲੈਂਦੇ ਬੱਚੇ ਭਰ ਲੈਂਦੇ ਆ ਤੋ ਬੱਚਿਆਂ ਨੂੰ ਵੀ ਹੁੰਦਾਗਾ ਵੀ ਹਾਂ ਇੱਕ ਇੰਟਰਸਟਿੰਗ ਵੀ ਨਾ ਅਧਿਆਪਕ ਪੜਾਉਂਦੇ ਤੇ ਅਸੀਂ ਪੜੀਏ ਹਣਾ ਇੰਨੇ ਨਾ ਬੱਚਿਆਂ ਦਾ ਜੀ ਵੀ ਕਰਦਾ ਪਟਨ ਹਾਂ ਉਹਨਾਂ ਦੇ ਮਨ ਦੇ ਵਿੱਚ ਇੱਛਾ ਆਪ ਦੀ ਆਪ ਹੀ ਆਉਂਦੀ ਵੀ ਹਾਂ ਅੱਜ ਕੁਝ ਨਵਾਂ ਸਿੱਖ ਕੇ ਆਵਾਂਗੇ ਅੱਜ ਕੁਝ ਨਵਾਂ ਦੱਸਣਗੇ ਟੀਚਰ ਹਣਾ ਤੇ ਉਹ ਬੱਚਿਆਂ ਦਾ ਵੀ ਮਨ ਕਰਦਾਗਾ ਜਦੋਂ ਇੱਕ ਅਧਿਆਪਕ ਨੇ ਝੜਕਣਾ ਹਣਾ ਬੱਚੇ ਨੂੰ ਤਾਂ ਉਹ ਬੱਚੇ ਦਾ ਮਨ ਲੈ ਜਾਂਦਾ ਉਹ ਫਿਰ ਉਹਦਾ ਮਨ ਹੀ ਨਹੀਂ ਕਰਦਾ ਵੀ ਮੈਂ ਦੂਰੀਆਰ ਸਕੂਲ ਜਾਵਾਂ ਹਣਾ ਉਦਾਰਚ ਫਿਰ ਬਿਲਕੁਲ ਜੀ ਨਹੀਂ ਕਰਦਾ ਪੜਨ ਉਹਨਾਂ ਕੋਈ ਬੈਂਡ ਮ ਸਰਤਾ ਹੁੰਦੇ ਵੀ ਜੇ ਅੱਜ ਬੱਚੇ ਨੇ ਕੁਛ ਨਹੀਂ ਯਾਦ ਕੀਤਾ ਜਾਂ ਅੱਜ ਅਸੀਂ ਬੱਚੇ ਨੂੰ ਇਸ ਨੂੰ ਝਟਕਿਆ ਹਨ ਵੀ ਦੂਜੇ ਦਿਨ ਅਸੀਂ ਕਲਾਸ ਦੇ ਵਿੱਚ ਆਵਾਂਗੇ ਤੇ ਬੱਚੇ ਨਾਲ ਵਧੀਆ ਰਾਵਾਂਗੇ ਵਧਗਾ ਪੜਾਂਗੇ ਹਨਾ ਕਈ ਮੈਡਮ ਸਾਰੇ ਇਹ ਜੀ ਹੁੰਦੇ ਵੀ ਉਹ ਕੱਲ ਦੀ ਗਲਤੀ ਕੀਤੀ ਬੱਚੇ ਨਾਲ ਦੂਜੇ ਦਿਨ ਵੀ ਉਹ ਦਿਲ ਚ ਰੱਖਦੇ ਹਨਾ ਤੇ ਉਹ ਗੁੱਸਾ ਰੱਖਦੇ ਆ ਫਿਰ ਉਹ ਬੱਚੇ ਤੇ ਮੈਡਮ ਕਈ ਸਾਰੇ ਐਵੇਂ ਦੇ ਹੁੰਦੇ ਬੈਰ ਨੂੰ ਨਾ ਬੈਰ ਪੈ ਜਾਂਦੇ ਹਨਾ ਵੀ ਉਹ ਦੂਜੇ ਦਿਨ ਵੀ ਉਹਦੀ ਗਲਤੀ ਉਹ ਦਰਿਆਈ ਜਾਂਦੇ ਰਹਿੰਦੇ ਆ ਉਸ ਦਿਨ ਉਹਦਾ ਭਾਵੇਂ ਕੰਮ ਸਹੀ ਹੋਵੇ ਜਾਂ ਨਾ ਸਹੀ ਹੋਵੇ ਹਨਾ ਉਹ ਬੱਚੇ ਨੂੰ ਮੈਡਮ ਨੇ ਜਾ ਬੱਚਾ ਹੈਗਾ ਹੀ ਹਨਾ ਸੋ ਕੋ ਮੈਡਮ ਨੂੰ ਉਹ ਸੋ ਮੈਨੂੰ ਲੱਗਦਾ ਵੀ ਜੇ ਇੱਕ ਦਿਨ ਬੱਚਾ ਗਲਤੀ ਕਰਦਾ ਹੀ ਕਰਦਾ ਤੇ ਦੂਜੇ ਦਿਨ ਸੋ ਕੋ ਮੈਡਮ ਨੂੰ ਉਹ ਝਟਕਣਾ ਨਹੀਂ ਚਾਹੀਦਾ ਸੋ ਬੱਚੇ ਨੂੰ ਫਿਰ ਦੂਜੇ ਦਿਨ ਪਿਆਰ ਨਾ ਰੱਖਣਾ ਚਾਹੀਦਾ ਹਮ ਚੰਗੇ ਅਧਿਆਪਕਾਂ ਦੇ ਤੇ ਭੈਣੇ ਬਹੁਤ ਸਾਰੀਆਂ ਨਿਸ਼ਾਨੀਆਂ ਹੁੰਦੀਆਂ ਹਨਾ ਜਿਵੇਂ ਹੁਣ ਸਾਨੂੰ ਟੀਚਰਸ ਪੜਾਉਂਦੇ ਹਨਾ ਤੇ ਉਹਨਾਂ ਨੇ ਹਮੇਸ਼ਾ ਸਾਨੂੰ ਕਹਿਣਾ ਵੀ ਇਦਾਂ ਦੀ ਕਾਪੀ ਬਣਾਓ ਇੱਕ ਬੱਚੇ ਦੀ ਕਾਪੀ ਦੀ ਅਪਰੀਸ਼ੀਏਟ ਕਰ ਦੇਣਾ ਨਾ ਉਹਨੂੰ ਖੜਾ ਕੇ ਵੀ ਹਾਂ ਆ ਬੱਚੇ ਨੇ ਕਾਪੀ ਬਹੁਤ ਸੋਹਣੀ ਬਣਾਈ ਹੈ ਇਦਾਂ ਬਣਾਈ ਹੈ ਹਨਾ ਤੇ ਉਹ ਫਿਰ ਸਾਨੂੰ ਵੀ ਆਣ ਲੱਗਣਾ ਨਾ ਵੀ ਉਹ ਬੱਚੇ ਨੂੰ ਵੀ ਸਰ ਸ਼ਾਬਾਸ਼ ਦੇ ਜਿੰਦੇ ਸਾਰੀ ਕਲਾਸ ਦੇ ਵਿੱਚ ਸਾਨੂੰ ਵੀ ਦੇਣ ਤੇ ਦੋ ਬੱਚੇ ਹੋਰ ਓਦਾਂ ਦੀ ਕਾਪੀ ਬਣਾ ਕੇ ਲਿਆਉਂਦੇ ਹੁੰਦੇ ਆ ਤੇ ਆਪਾਂ ਰੀਸ ਕਰਦੇ ਹੀ ਕਰਦੇ ਹਾਂ ਤੇ ਜਿਵੇਂ ਇੱਕ ਬੱਚੇ ਨੂੰ ਉਹਨਾਂ ਨੇ ਗੁੱਡ ਦੇ ਦਿੱਤੀ ਦੂਜੇ ਨੂੰ ਆਏ ਹੁੰਦਾ ਸੀ ਆ ਵੀ ਮੈਂ ਵੀ ਕੱਲ ਨੂੰ ਗੁੱਡ ਲੈ ਕੇ ਆਉਣੀ ਹੈ ਤੇ ਮੈਂ ਕੱਲ ਨੂੰ ਮੈਂ ਮੇਰੀ ਵੈਰੀ ਗੁੱਡ ਚਰਨੇ ਵੀ ਕਿਤੇ ਸਟਾਰ ਦੇ ਦੇਣਾ ਕਿਤੇ ਗੁੱਡ ਦੇ ਦੇਣੀ ਹਨਾ ਤਾਂ ਬੱਚੇ ਨੂੰ ਕਿੰਨਾ ਹੁੰਦਾ ਸੀਗਾ ਵੀ ਹਾਂ ਮੈਂ ਕੱਲ ਨੂੰ ਲੈ ਕੇ ਆਉਂਗਾ ਤੇ ਮੈਂ ਇਦੋਂ ਵੀ ਸੋਹਣੀ ਕਾਪੀ ਬਣਾਵਾਂਗਾ ਤੇ ਵੀ ਸੋਨਾ ਟੈਸਟ ਕਰਾਂ ਹਨਾ ਬੱਤਿਆਂ ਨੂੰ ਵਿਖੋ ਕਿੰਨਾ ਹੌਸਲਾ ਹੁੰਦਾ ਅਰਚ ਹੈ ਨਾ ਅੱਜ ਮੈਂ ਗੁੱਡ ਲਈ ਵੈਸੇ ਵੀ ਵੈਰੀ ਗੁੱਡ ਵੀ ਲੈਣੀ ਹੈ ਜੀ ਜਿਵੇਂ ਹੁਣ ਨਾ ਪੜ੍ਹੇ ਜਿਹੜੇ ਮੇਰੇ ਦਾਦਾ ਹਨਾ ਚੇਅਰਮੈਨ ਹੁੰਦੇ ਸੀਗੇ ਤੇ ਜਦੋਂ ਮੈਂ ਨਾ ਬਹੁਤ ਛੋਟੀ ਹੁੰਦੀ ਸੀ ਮਤਲਬ ਤੇ ਉਹਨਾਂ ਨੇ ਨਾ ਗਿਫਟ ਦੇਣ ਵਾਸਤੇ ਜਦੋਂ ਉਹਨਾਂ ਨੂੰ ਸਾਥ ਦੇ ਹਨਾ ਤੇ ਅਵੀ ਨਾਲ ਹੁੰਦੇ ਤੇ ਉਹ ਬੱਚਨ ਗਿਫਟ ਦੇ ਜਿੰਦਗੀ ਗਿਫਟ ਦੇਈ ਨੇ ਨਾ ਤੇ ਉਹਨਾਂ ਨੇ ਸਾਨੂੰ ਕਹਿਣਾ ਵੀ ਉਦੋਂ ਮੈਂ ਬਹੁਤ ਛੋਟੀ ਸੀ ਉਦੋਂ ਆਪਾਂ ਨੂੰ ਨਹੀਂ ਇਹਦਾ ਸੁਣ ਹੁੰਦਾ ਨਾ ਤੇ ਇੱਕ ਲੜਕੀ ਨੂੰ ਗਿਫਟ ਮਿਲਿਆ ਵੀ ਉਹਦੀ ਨਾ ਕਲਾਸ 'ਚ ਹਾਜ਼ਰੀਆਂ ਪੂਰੀਆਂ ਸੀਗੇ ਹਨਾ ਵੀ ਉਹਨੇ ਕਦੇ ਵੀ ਛੁੱਟੀ ਨਹੀਂ ਮਾਰੀ ਸੀਗੀ ਤੇ ਮੈਂ ਉਸ ਟਾਈਮ ਤੇ ਬਹੁਤ ਛੁੱਟੀਆਂ ਮਾਰਦੀ ਹੁੰਦੀ ਸੀ ਹਨਾ ਤੇ ਉਸ ਟਾਈਮ ਤੇ ਹਨਾ ਮੇਰੇ ਡੈਡੀ ਨੇ ਕਿਹਾ ਵੀ ਨਹੀਂ ਕੱਲ ਨੂੰ ਤੂੰ ਵੀ ਗਿਫਟ ਲੈ ਕੇ ਆਉਣਾ ਤੇ ਤੂੰ ਵੀ ਐ ਕਰਕੇ ਮਤਲਬ ਵੀ ਕਦੇ ਵੀ ਛੁੱਟੀ ਨਹੀਂ ਮਾਰਨੀ ਹੈ ਨਾ ਜਾਂ ਕਲਾਸ ਦੇ ਵਿੱਚ ਇਦਾਂ ਰਹਿਣਾ ਤੂੰ ਇਦਾਂ ਵੀ ਟੈਸਟ ਦੇਣੇ ਆ ਹਨਾ ਵੀ ਚੰਗਾ ਕਰੇਗੀ ਤਾਂ ਚੰਗਾ ਹੀ ਤੇਰਾ ਨੀ ਤੈਨ ਵੀ ਇਹ ਮੈਂ ਰਿਜ਼ਲਟ ਮਿਲਣਗੇ ਤਵੀ ਮੈਨੂੰ ਵੀ ਫਿਰ ਐਂ ਜੇ ਹੋਇਆ ਹਨਾ ਵੀ ਉਹ ਬੱਚੇ ਨੂੰ ਗਿਫਟ ਮਿਲਿਆ ਮੇਰੀ ਸੇਲੀ ਨੂੰ ਮਿਲਿਆ ਮੈਨੂੰ ਕਿਉਂ ਨਹੀਂ ਮਿਲਿਆ ਹਨਾ ਤੇ ਉਸ ਟਾਈਮ ਤੋਂ ਵੀ ਅਸੀਂ ਫਿਰ ਹਰ ਇੱਕ ਚੀਜ਼ ਚ ਪਾਰਟਿਸਪੇਟ ਕਰਨ ਲੱਗ ਗਏ ਹਨਾ ਚਾਹੇ ਉਹ ਗੇਮਾਂ ਹੁੰਦੀਆਂ ਚਾਹੇ ਕੋਈ ਡਰਾਇੰਗ ਕੰਪੀਟੀਸ਼ਨ ਹੁੰਦਾ ਚਾਹੇ ਕੋਈ ਵੀ ਚੀਜ਼ ਸੀਗੀ ਤਵੀ ਹੌਲੀ ਹੌਲੀ ਮਨ ਦੇ ਵਿੱਚ ਵੀ ਓਵੇਂ ਓਵੇਂ ਬੱਚੇ ਦੇ ਹਨਾ ਉਹ ਚੀਜ਼ਾਂ ਭਰ ਜਾਂਦੀਆਂ ਤੇ ਮੇਰੇ ਨਾਲ ਤਾਂ ਆਪਾਂ ਨੂੰ ਇੱਕ ਬੱਚੇ ਨੂੰ ਜੇ ਆਪਾਂ ਇੱਕ ਬੱਚੇ ਨੂੰ ਕਿਸੇ ਚੰਗੇ ਥਾਂ ਤੇ ਲਾਉਣਾ ਹੋਵੇ ਨਾ ਤਾਂ ਉਹਨੂੰ ਆਪਾਂ ਇਦਾਂ ਦੀਆਂ ਚੀਜ਼ਾਂ ਕਰਕੇ ਵੀ ਲਾ ਸਕਦੇ ਹਾਂ ਤੇ ਜੇ ਉਹਨੂੰ ਆਪਾਂ ਮਾੜੇ ਪਾਸੇ ਲਾਉਣਾ ਹੋਵੇ ਤਾਂ ਮਾੜੇ ਪਾਸੇ ਤਾਂ ਆਪਾਂ ਇੱਕ ਚੀਜ਼ ਕਹਿ ਦੀ ਤਾਂ ਬੱਚੇ ਨਾਲ ਦੀ ਨਾਲ ਹੀ ਲੱਗੇ ਬਿਖਾਰ ਜੀ ਜੇ ਮੈਂ ਆਪਾਂ ਛੋਟਾ ਜਿਹਾ ਬੱਚਾ ਤੇ ਉਹਨੂੰ ਸਕੂਲ ਚ ਲਾਉਣਾ ਹਨਾ ਉਦੋਂ ਵੀ ਆਪਾਂ ਪਹਿਲਾਂ ਟੀਚਰ ਵੇਖਦੇ ਆਂ ਵੀ ਇਹ ਟੀਚਰ ਦਾ ਸੁਭਾਅ ਕਿਵੇਂ ਦਾ ਤੇ ਇਹ ਟੀਚਰ ਦਾ ਸੁਭਾਅ ਕਿਵੇਂ ਦਾ ਉਦੋਂ ਵੀ ਆਪਾਂ ਆਪਦੇ ਜਿਹਨੇ ਚੰਗੇ ਟੀਚਰ ਕੋਲੇ ਬੈਠ ਕੇ ਲਾਉਨੇ ਬੱਚੇ ਨੂੰ ਹਨਾ ਵੀ ਇਹਦੀ ਚੰਗੀ ਸ਼ੁਰੂਆਤ ਹੋਵੇ ਹਨਾ ਵੀ ਜੇ ਆਪਾਂ ਨੂੰ ਚੰਗਾ ਟੀਚਰ ਮਿਲ ਜੂ ਚੰਗਾ ਗੁਰੂ ਮਿਲ ਜੂ ਤਾਂ ਆਪਣੀ ਚੰਗੇ ਆਦਤਾਂ ਬਣਣਗੀਆਂ ਬਣਨਗੀਆਂ ਹਨਾ ਤੇ ਅੱਗੇ ਆਪਾਂ ਵਧਾਂਗੇ ਹੀ ਵਧਾਂਗੇ ਹੂੰ ਤਾਂ ਪੈਣੀ ਹੁਣ ਫਿਰ ਆਪਾਂ ਲੈ ਲਈਏ ਦਰਸ਼ਕਾਂ ਤੋਂ ਇਜਾਜ਼ਤ ਬਿਲਕੁਲ ਜੀ ਫਿਰ ਮਿਲਦੇ ਆਂ ਕਿਸੇ ਨਵੇਂ ਟੌਪਿਕ ਦੇ ਨਾਲ ਤੇ thank <laughs> you